ਰਾਮ ਸਰੂਪ ਅਣਖੀ ਦੀ ਕਹਾਣੀ ਐਮਰਜੈਂਸੀ। ਸ਼ਾਮ ਦੇ 5 ਵੱਜਣ ਵਾਲੇ ਹਨ। ਨਹਿਰੂ ਸਿਹਤ ਕੇਂਦਰ ਦੇ ਵੱਡੇ ਗੇਟ ਸਾਹਮਣੇ ਟੈਕਸੀ ਆ ਕੇ ਰੁਕੀ ਹੈ। ਟੈਕਸੀ ਵਿੱਚੋਂ ਉਤਰ ਕੇ ਸਾਗਰ ਨੇ ਸੰਤਰੀ ਤੋਂ ਐਮਰਜੈਂਸੀ ਵਾਰਡ ਦਾ ਰਾਹ ਪੁੱਛਿਆ। ਸਾਹਮਣੇ ਲਾਲ ਅੱਖਰਾਂ 'ਚ ਐਮਰਜੈਂਸੀ ਲਿਖਿਆ ਦੇਖੋ ਭਾਈ ਸਾਹਿਬ, ਉੱਥੇ ਸੱਜੇ ਹੱਥ ਸੜਕ ਪੈ ਜਾਓ, ਐਮਰਜੈਂਸੀ ਵਾਰਡ ਦੇ ਦਰਵਾਜ਼ੇ 'ਤੇ ਪਹੁੰਚ ਜਾਓਗੇ, ਸੰਤਰੀ ਨੇ ਸਮਝਾਇਆ। ਟੈਕਸੀ 'ਚ ਵਾਪਸ ਆ ਕੇ ਉਹਨੂੰ ਪਲ ਭਰ ਦੀ ਰਾਹਤ ਮਿਲੀ ਹੈ। ਉਹਨੇ ਮਧੂ ਨੂੰ ਆਪਣੀ ਵੱਖੀ ਨਾਲ ਘੁੱਟ ਕੇ ਹੌਸਲਾ ਦਿੱਤਾ ਹੈ। ਬਸ ਪਹੁੰਚ ਗਏ ਹੁਣ ਤਾਂ, ਇੱਥੇ ਤਾਂ ਤੈਨੂੰ ਛੇਤੀ ਰਾਜ਼ੀ ਕਰ ਦੇਣਗੇ, ਹੁਣ ਨਾ ਫਿਕਰ ਕਰ, ਜਿੰਨਾ ਦੁੱਖ ਭੋਗਣਾ ਸੀ ਭੋਗਿਆ ਗਿਆ। ਮਧੂ ਦੇ ਸਿਰ 'ਚ ਲਗਾਤਾਰ ਸਖਤ ਦਰਦ ਹੋ ਰਿਹਾ ਹੈ। ਕਮਰ 'ਤੇ ਪਿੰਜੜੀਆਂ ਵਿੱਚੋਂ ਦੌਰੇ ਵਾਂਗ ਪੀੜਾਂ ਉੱਠਦੀਆਂ ਹਨ। ਇਹਨਾਂ ਪੀੜਾਂ ਦੇ ਬੇਹੱਦ ਵੱਧ ਜਾਣ ਨਾਲ ਉਹਦੇ ਸਰੀਰ ਨੂੰ ਤੌਣੀ ਆਉਂਦੀ ਹੈ। ਸਾਰਾ ਪਿੰਡਾ ਮੁੜਕੇ ਨਾਲ ਭਿੱਜ ਜਾਂਦਾ ਅਤੇ ਫਿਰ ਠੰਡਾ ਬਰਫ਼ ਹੋ ਜਾਂਦਾ ਹੈ। ਕੁਛ ਦੇਰ ਹੀ ਆਰਾਮ ਰਹਿੰਦਾ ਹੈ, ਫਿਰ ਸੁੱਕੇ ਵੱਤ ਆਉਣ ਲੱਗਦੇ ਹੈ। ਸਰੀਰ ਦੀਆਂ ਸਖਤ ਦੀਆਂ ਸਖਤ ਪੀੜਾਂ ਸ਼ੁਰੂ ਹੋ ਜਾਂਦੀਆਂ। ਪਿਛਲੇ 1 ਹਫ਼ਤੇ ਤੋਂ ਮਧੂ ਦੀ ਇਹ ਹਾਲਤ ਬਣੀ ਹੋਈ ਹੈ। ਉਹ ਦੂਰ ਪਿੰਡ ਦਾ ਰਹਿਣ ਵਾਲਾ ਹੈ, ਸਰਕਾਰੀ ਮੁਲਾਜ਼ਮ ਹੈ, ਤਨਖਾਹ ਬਹੁਤ ਥੋੜ੍ਹੀ ਹੈ, ਹੋਰ ਆਮਦਨ ਕੋਈ ਨਹੀਂ, 2 ਬੱਚੇ ਹਨ, ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਹੈ। ਮਧੂ ਦੀ 2-3 ਦਿਨ ਇਹ ਹਾਲਤ ਰਹੀ ਸੀ ਅਤੇ ਨੇੜੇ ਦੇ ਸ਼ਹਿਰ ਦੇ ਸਰਕਾਰੀ ਹਸਪਤਾਲ 'ਚ ਸਾਗਰ ਉਹਨੂੰ ਲੈ ਗਿਆ ਸੀ। ਹਸਪਤਾਲ ਵਾਲਿਆਂ ਨੇ 4 ਦਿਨ ਉਹਨੂੰ ਰੱਖਿਆ ਸੀ ਅਤੇ ਆਪਣੀ ਸਮਝ ਅਨੁਸਾਰ ਉਹਦਾ ਇਲਾਜ ਕੀਤਾ ਸੀ, ਪਰ ਉਹਦੀ ਹਾਲਤ ਤਾਂ ਪਹਿਲਾਂ ਨਾਲੋਂ ਵੀ ਨਿਗਰਦੀ ਗਈ ਸੀ। ਅਖੀਰ ਉਹਨਾਂ ਨੇ ਸਲਾਹ ਦਿੱਤੀ ਸੀ, ਇਹਨੂੰ ਹੁਣੇ ਨਹਿਰੂ ਸਿਹਤ ਕੇਂਦਰ ਲੈ ਜਾਓ, ਬਿਮਾਰੀ ਖਤਰਨਾਕ ਦਿਸਦੀ ਹੈ, ਇਹਦਾ ਇਲਾਜ ਤਾਂ ਉੱਥੇ ਹੀ ਹੋਏਗਾ, ਟੈਕਸੀ 'ਚ ਪਾ ਕੇ ਲੈ ਜਾਓ ਬਸ। ਨੇੜੇ ਦੇ ਸ਼ਹਿਰ ਤੋਂ 100 ਮੀਲ ਦੂਰ ਇੱਕ ਵੱਡੇ ਸ਼ਹਿਰ 'ਚ ਨਹਿਰੂ ਸਿਹਤ ਕੇਂਦਰ ਬਣਿਆ ਹੋਇਆ ਹੈ। 2 ਕਰੋੜ ਰੁਪਇਆ ਖਰਚ ਕੀਤਾ ਗਿਆ, ਪ੍ਰਾਂਤ ਦਾ ਸਭ ਤੋਂ ਵੱਡਾ ਹਸਪਤਾਲ, ਦੇਸ਼ ਦੇ ਕੁਝ 1 ਵੱਡੇ ਰਿਸਰਚ ਇੰਸਟੀਚਿਊਟ 'ਚੋਂ 1। ਦੂਜੇ ਪ੍ਰਾਂਤਾਂ ਦੇ ਵਿਗੜੇ ਕੇਸ ਇੱਥੇ ਆਉਂਦੇ ਹੈ। ਟੈਕਸੀ ਐਮਰਜੈਂਸੀ ਵਾਰਡ ਦੇ ਦਰਵਾਜ਼ੇ ਅੱਗੇ ਜਾ ਖੜ੍ਹੀ। ਲੱਤਾਂ 'ਤੇ ਢੂਈ ਹੇਠ ਦੀ ਹੱਥ ਪਾ ਕੇ ਸਾਗਰ ਨੇ ਮਧੂ ਨੂੰ ਟੈਕਸੀ 'ਚੋਂ ਕੱਢਿਆ। ਪਹਿਲਾਂ ਹੀ ਤਿਆਰ ਹਸਪਤਾਲ ਦੀ ਟਰਾਲੀ ਉੱਤੇ ਉਹਨੂੰ ਲਿਟਾ ਦਿੱਤਾ। ਟਰਾਲੀ ਵਾਲਾ ਕਰਮਚਾਰੀ ਉਹਨੂੰ ਅੰਦਰ ਲੈ ਜਾ ਰਿਹਾ ਹੈ। ਕੀ ਬਿਮਾਰੀ ਹੈ ਜੀ? ਟਰਾਲੀ ਮੈਨ ਨੇ ਸਾਗਰ ਨੂੰ ਪੁੱਛਿਆ। ਬਸ ਜੀ, ਦਰਦ ਹੁੰਦਾ ਸਮਝ ਲਓ, ਸਾਗਰ ਨੇ ਇਸ ਤਰ੍ਹਾਂ ਦਾ ਜਵਾਬ ਦਿੱਤਾ ਜਿਵੇਂ ਇਹ ਕੋਈ ਖਾਸ ਬਿਮਾਰੀ ਨਹੀਂ ਸੀ, ਪਰ ਹੁਣ ਤਾਂ ਇਹ ਖਾਸ ਬਣੀ ਹੋਈ ਹੈ। ਪਹਿਲਾਂ ਨਹੀਂ ਦਿਖਾਇਆ ਕਿਸੇ ਨੂੰ? ਟਰਾਲੀ ਮੈਨ ਨੇ ਸਵਾਲ ਕੁਝ ਇਸ ਤਰ੍ਹਾਂ ਕੀਤਾ ਜਿਵੇਂ ਕਹਿ ਰਿਹਾ ਹੋਵੇ, ਇੰਨੀ ਕੁ ਬਿਮਾਰੀ ਤਾਂ ਲੈ ਆਏ ਐਮਰਜੈਂਸੀ 'ਚ? ਬਹੁਤ ਦਿਖਾਇਆ ਯਾਰ, ਆਖਰ ਨੂੰ ਆਏ ਹਾਂ, ਸਾਗਰ ਨੇ ਕਿਹਾ। ਟਰਾਲੀ ਮੈਨ ਗੁੱਝਾ ਮੁਸਕਰਾਇਆ। ਵੇਟਿੰਗ ਹਾਲ 'ਚ ਜਾ ਕੇ ਟਰਾਲੀ ਉਹਨੇ ਖੜਾ ਦਿੱਤੀ ਹੈ। 1 ਬੈੱਡ ਵੱਲ ਇਸ਼ਾਰਾ ਕਰਕੇ ਸਾਗਰ ਨੂੰ ਕਿਹਾ, ਲਟਾ ਦਿਓ ਇਸ 'ਤੇ, ਡਾਕਟਰ ਸਾਹਿਬ ਆਉਂਦੇ ਨੇ। ਵੇਟਿੰਗ ਹਾਲ ਦੇ ਬੈੱਡ ਨੰਬਰ 2 'ਤੇ ਪਈ ਮਧੂ ਸਹਿਜ ਹੋ ਗਈ ਦਿਸਦੀ ਹੈ। ਕੋਈ ਵੱਤ ਨਹੀਂ, ਲੱਤਾਂ ਅਤੇ ਕਮਰ 'ਚ ਕੋਈ ਦਰਦ ਨਹੀਂ, ਨਾ ਤੌਣੀ, ਨਾ ਸਰੀਰ ਠੰਡਾ, ਸ਼ਾਇਦ ਸਿਰ ਦਰਦ ਵੀ ਨਹੀਂ ਹੋ ਰਿਹਾ, ਹੋ ਵੀ ਰਿਹਾ ਹੋਏਗਾ ਤਾਂ ਸਖਤ ਨਹੀਂ। ਡਿਊਟੀ 'ਤੇ ਹਾਜ਼ਰ ਡਾਕਟਰ ਆਇਆ, ਬੀਬੀ ਜੀ ਕੈਸੀ ਤਬੀਅਤ ਹੈ? ਪੀੜਾਂ ਪੈਂਦੀਆਂ ਨੇ ਵੀਰ ਜੀ, ਮਧੂ ਨੇ ਬਹੁਤ ਧੀਮੀ ਆਵਾਜ਼ 'ਚ ਜਵਾਬ ਦਿੱਤਾ। ਵੀਰ ਜੀ ਕਹਿ ਕੇ ਡਾਕਟਰ ਵੱਲ ਆਪਣੱਤ ਦਿਖਾਉਣ ਦੀ ਕੋਸ਼ਿਸ਼ ਵੀ ਕਰ ਗਈ। ਜ਼ਬਾਨ ਦਿਖਾਓ, ਡਾਕਟਰ ਨੇ ਖਰਵਾ ਬੋਲ ਕੱਢਿਆ। ਜੀ ਬਾਹਰ ਕੱਢ ਕੇ ਮਧੂ ਉਤਸੁਕ ਅੱਖਾਂ ਨਾਲ ਡਾਕਟਰ ਦੇ ਚਿਹਰੇ ਵੱਲ ਝਾਕ ਰਹੀ ਹੈ। ਬੈਠੋ, ਬੈਠ ਜਾਓ, ਡਾਕਟਰ ਨੇ ਸਿਰਫ ਜ਼ਬਾਨ ਹੀ ਹਿਲਾਈ ਹੈ। ਸਰੀਰ ਦਾ ਸਾਰਾ ਜ਼ੋਰ ਲਾਉਣ 'ਤੇ ਵੀ ਉਹ ਆਪ ਬੈਠੀ ਨਹੀਂ ਹੋ ਸਕੀ। ਸਾਗਰ ਨੇ ਉਹਨੂੰ ਸਹਾਰਾ ਦੇ ਕੇ ਬਿਠਾਉਣਾ ਚਾਹਿਆ, ਪਰ ਡਾਕਟਰ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ। ਡਾਕਟਰ ਸਾਹਿਬ, ਸਾਗਰ ਨੇ ਹੱਥ ਜੋੜੇ, ਐਮਰਜੈਂਸੀ ਵਾਲਾ ਤਾਂ ਇਹ ਕੇਸ ਨਹੀਂ। ਮਧੂ ਤੋਂ ਜ਼ਰਾ ਦੂਰ ਹੋ ਕੇ ਡਾਕਟਰ ਨੇ ਸਾਗਰ ਨੂੰ ਕਿਹਾ, ਇਹ ਤਾਂ ਬਹੁਤ ਤੰਗ ਹੈ ਡਾਕਟਰ ਸਾਹਿਬ, ਉੱਥੋਂ ਹਸਪਤਾਲ ਵਾਲਿਆਂ ਨੇ ਸਾਨੂੰ ਆਪ ਭੇਜਿਆ, ਡਿਸਚਾਰਜ ਸਲਿੱਪ ਦਿਖਾਓ। ਸਾਗਰ ਨੇ ਆਪਣੇ ਨੇੜੇ ਦੇ ਹਸਪਤਾਲ ਵਾਲੀ ਸਲਿੱਪ ਦਿਖਾਈ ਹੈ। ਠੀਕ ਹੈ,
ਕਹਿ ਕੇ ਡਾਕਟਰ ਨੇ ਸਲਿੱਪ ਸਾਗਰ ਦੇ ਹੱਥਾਂ 'ਚ ਦੇ ਦਿੱਤੀ। ਕਿਹਾ OPD 'ਚ ਦਿਖਾਓ, ਪਰਸੋਂ, ਕੱਲ੍ਹ ਨੂੰ ਐਤਵਾਰ ਹੈ। ਅੱਜ ਕਿੱਥੇ ਰਹੀਏ ਡਾਕਟਰ ਸਾਹਿਬ? ਸਾਡਾ ਤਾਂ ਇਸ ਵੱਡੇ ਸ਼ਹਿਰ 'ਚ ਕੋਈ ਨਹੀਂ। ਇਹੀ ਹਾਲਤ ਰਹੀ ਤਾਂ ਪਰਸੋਂ ਤੱਕ ਇਹ ਬਚੇਗੀ ਕਿਵੇਂ? ਬਸ ਕਹਿ ਜੋ ਦਿੱਤਾ ਪਰਸੋਂ ਨੂੰ OPD। ਡਾਕਟਰ ਸਾਹਿਬ ਮੈਂ ਬਹੁਤ ਦੁਖੀ ਹਾਂ, ਗਰੀਬ ਮੁਲਾਜ਼ਮ ਹਾਂ, ਦੋ ਬੱਚੇ ਨੇ, ਜੇ ਇਹਨੂੰ ਕੁਛ ਹੋ ਗਿਆ। ਦੇਖੋ ਮਿਸਟਰ, ਇਸ ਸੰਸਾਰ 'ਚ ਸਾਰੇ ਦੁਖੀ ਹੈ, ਕੋਈ ਘੱਟ ਕੋਈ ਵੱਧ, ਤੁਸੀਂ ਥੋੜ੍ਹਾ ਜਿਹਾ ਵੱਧ ਹੋਵੋਗੇ, ਪਰਸੋਂ ਨੂੰ ਆਉਣਾ। ਸਾਗਰ ਫਿਰ ਗਿੜਗਿੜਾਇਆ, ਡਾਕਟਰ ਦੇ ਗੋਡਿਆਂ ਵੱਲ ਨਿਗਾਹ ਕੀਤੀ। ਡਾਕਟਰ ਜਾ ਚੁੱਕਿਆ। ਸਾਗਰ ਦੀਆਂ ਨਿਗਾਹਾਂ ਸਿਹਤ ਕੇਂਦਰ ਦੇ ਚਿਪਸ ਲੱਗੇ ਚਿਲਕ ਦੇ ਫਰਸ਼ ਉੱਤੇ ਗੱਡੀਆਂ ਰਹਿ ਗਈਆਂ। ਮਧੂ ਦੀ ਦਿਲ ਚੀਰਵੀਂ ਹੁੰਗਰ ਸੁਣੀ ਹੈ। ਕਿਉਂ ਮਧੂ, ਸਿਰ ਫੜਿਓ, ਉਹਦਾ ਸਿਰ ਘੁੱਟਦਾ ਹੈ। ਹਾਏ, ਢੂਈ ਮੱਚ ਗਈ, ਉਹੀ ਹੱਥ ਨਾਲ ਉਹਦੀ ਕਮਰ ਦਬਾਉਣ ਲੱਗਿਆ, ਇੱਕ ਹੱਥ ਨਾਲ ਉਹਦੇ ਸਿਰ ਨੂੰ ਫੜਿਆ ਹੋਇਆ। ਹਾਏ ਪਿੰਜਣੀਆਂ, ਸਿਰ ਨੂੰ ਛੱਡ ਕੇ ਉਹਦਾ ਹੱਥ ਉਹਦੀ ਇੱਕ ਪਿੰਜਣੀ ਨੂੰ ਘੁੱਟਣ ਲੱਗਿਆ, ਇੱਕ ਹੱਥ ਨਾਲ ਹੀ ਕਮਰ ਵੀ ਦਬਾ ਰਿਹਾ। ਹਾਏ ਪਿੰਜਣੀਆਂ 'ਚੋਂ ਜਾਨ ਗਈ, ਉਹ ਇੱਕ ਹੱਥ ਨਾਲ ਇੱਕ ਇੱਕ ਪਿੰਜਣੀ ਨੂੰ ਬਹੁਤ ਜ਼ੋਰ ਜ਼ੋਰ ਦੀ ਘੁੱਟ ਰਿਹਾ, ਉਹਦੀਆਂ ਆਪਣੀਆਂ ਬਾਹਾਂ 'ਚ ਦਰਦ ਹੋਣ ਲੱਗਿਆ। ਹਾਏ ਢੂਈ, ਉਹ ਕਮਰ ਵੱਲ ਹੋਇਆ। ਹਾਏ ਸਿਰ, ਫਿਰ ਮਧੂ ਦੀਆਂ ਅੱਖਾਂ ਖੜ ਗਈਆਂ। ਹੁਣ ਉਹਨੂੰ ਕੋਈ ਹੋਸ਼ ਨਹੀਂ, ਉਹਦੇ ਸਰੀਰ ਦਾ ਕੋਈ ਵੀ ਹਿੱਸਾ ਦੱਬਣਾ ਘੁੱਟਣਾ ਫਜ਼ੂਲ ਹੈ, ਸਾਰਾ ਸਰੀਰ ਪਾਣੀ ਹੋ ਗਿਆ ਅਤੇ ਫਿਰ ਠੰਡਾ ਬਰਫ਼। ਮਧੂ ਦੀ ਹੋਸ਼ ਨਹੀਂ ਪਰਤੀ, ਫਿੱਟ। ਉਹ ਡਾਕਟਰ ਵੱਲ ਭੱਜਿਆ। ਡਾਕਟਰ ਸਾਹਿਬ, ਬਈ ਸਮਝ ਨਹੀਂ ਆਈ, OPD 'ਤੇ ਆਉਣਾ, ਜਾਓ, ਹੋਰ ਬੜੇ ਮਰੀਜ਼ ਨੇ। ਉਹ ਤਾਂ ਜੀ ਉਹ ਬੇਹੋਸ਼। ਸ਼੍ਰੀਮਾਨ ਜੀ ਜਾਓ। ਉਹ ਭੱਜ ਕੇ ਮਧੂ ਦੇ ਬੈੱਡ ਕੋਲ ਆਇਆ। ਮਧੂ? ਮਧੂ ਹੋਸ਼ 'ਚ ਹੈ, ਕੀ ਕਹਿੰਦੇ ਨੇ? ਮਧੂ ਨੇ ਬਹੁਤ ਧੀਮੀ ਆਵਾਜ਼ 'ਚ ਪੁੱਛਿਆ। ਦਾਖਲ ਨਹੀਂ ਕਰ ਰਹੇ ਹੁਣ? ਫਿਰ ਸ਼ਾਮ ਦੇ 6 ਵੱਜ ਚੁੱਕੇ ਆ, ਸਰਦੀ ਦੀ ਰੁੱਤ ਹੈ, ਹਨੇਰਾ ਪਸਰਨ ਲੱਗਿਆ। ਮਧੂ ਨੂੰ ਬੈੱਡ ਉੱਤੇ ਹੀ ਛੱਡ ਕੇ ਸਾਗਰ ਇੱਕ ਬਿੰਦ ਵੇਟਿੰਗ ਹਾਲ ਦੇ ਦਰਵਾਜ਼ੇ ਤੋਂ ਬਾਹਰ ਝਾਕਿਆ। ਟਰਾਲੀ ਨਵਾਂ ਮਰੀਜ਼ ਲੈ ਕੇ ਆਈ ਹੈ, ਗਰਮ ਕੋਟ ਪੈਂਟ ਨਾਲ ਚਿੱਟਾ ਕਮੀਜ਼ ਪਹਿਨਿਆ ਹੋਇਆ, ਟਾਈ ਦੀ ਨੋਟ ਢਿੱਲੀ ਹੈ, ਕਮੀਜ਼ ਦਾ ਉਤਲਾ ਬਟਨ ਖੁੱਲ੍ਹਾ ਹੈ। ਸੁਭਕ ਜਿਹਾ ਨੌਜਵਾਨ ਹੈ, ਸਿਰ 'ਤੇ ਲੰਬੇ ਵਾਲ, ਧੁਰ ਜਬਾੜੇ ਤੱਕ ਰੱਖੀਆਂ ਕਲਮਾਂ ਅਤੇ ਨਿੱਕੀਆਂ ਨਿੱਕੀਆਂ ਮੁੱਛਾਂ। ਉਹਦੇ ਇੱਕ ਪੈਰ 'ਤੇ ਸੱਟ ਲੱਗੀ ਹੈ। ਉਹਦੀ ਟਰਾਲੀ ਨੂੰ ਵੇਟਿੰਗ ਰੂਮ 'ਚ ਨਹੀਂ ਲਿਆਂਦਾ ਗਿਆ, ਸਿੱਧਾ ਹੀ ਵਾਰਡ ਦੇ ਬੈੱਡ 'ਤੇ ਲਿਜਾ ਕੇ ਉਹਨੂੰ ਲਟਾ ਦਿੱਤਾ ਗਿਆ। ਟਰਾਲੀ ਉੱਤੋਂ ਆਪ ਹੀ ਉੱਠ ਕੇ ਉਹ ਥੱਲੇ ਉਤਰਿਆ ਸੀ ਅਤੇ ਬਿਨਾਂ ਕਿਸੇ ਤਕਲੀਫ ਦੇ ਬੈੱਡ 'ਤੇ ਲੇਟ ਗਿਆ ਸੀ। ਨਾਲ ਆਏ ਦੋ ਲੜਕਿਆਂ ਨੇ ਡਿਊਟੀ ਉੱਤੇ ਹਾਜ਼ਰ ਡਾਕਟਰ ਦੇ ਕੰਨ 'ਚ ਕੁਝ ਕਿਹਾ ਸੀ, ਇਸੇ ਕਰਕੇ ਸ਼ਾਇਦ ਉਹਨੂੰ ਝੱਟ ਅਤੇ ਸਿੱਧਾ ਹੀ ਦਾਖਲ ਕਰ ਲਿਆ। ਟਰਾਲੀ ਉੱਤੋਂ ਆਪ ਹੀ ਉਤਰਨ ਅਤੇ ਫਿਰ ਬੈੱਡ ਉੱਤੇ ਆਪ ਹੀ ਲੇਟ ਜਾਣ 'ਤੇ ਉਸ ਦੁਆਲੇ ਖੜੀਆਂ ਦੋ ਸਿਸਟਰਾਂ ਉਹਦੇ ਚਿਹਰੇ ਵੱਲ ਗੌਹ ਨਾਲ ਦੇਖ ਰਹੀਆਂ ਹਨ। ਉਹ ਮੁਸਕਰਾ ਰਿਹਾ। ਇੱਕ ਸਿਸਟਰ ਨੇ ਆਪਣੇ ਬੁੱਲ ਸੁਕੇੜ ਕੇ ਸਿਰ ਝਟਕਿਆ। ਸੋਚ ਰਹੀ ਹੋਏਗੀ ਐਮਰਜੈਂਸੀ 'ਚ ਆਉਣ ਦਾ ਮਤਲਬ? 4 ਹੋਰ ਡਾਕਟਰ ਬੈੱਡ ਦੁਆਲੇ ਆਏ, ਉਸ ਮਰੀਜ਼ ਦੀ ਜਾਂਚ ਪੜਤਾਲ ਕਰਨ ਲੱਗੇ ਹਨ। ਡਿਊਟੀ ਉੱਤੇ ਹਾਜ਼ਰ ਡਾਕਟਰ ਨੇ ਸਾਗਰ ਨੂੰ ਵਾਰਡ 'ਚ ਖੜ੍ਹਾ ਵੇਖ ਲਿਆ, ਸਿਸਟਰ ਨੂੰ ਅੱਖ ਦਾ ਇਸ਼ਾਰਾ ਕੀਤਾ। ਸਿਸਟਰ ਸਾਗਰ ਕੋਲ ਆਈ ਹੈ, ਪੁੱਛਿਆ, ਤੁਹਾਡਾ ਕੋਈ ਪੇਸ਼ੈਂਟ ਹੈ ਇੱਥੇ? ਨਹੀਂ, ਉਹ ਤਾਂ ਪਲੀਜ਼ ਬਾਹਰ ਜਾਓ, ਉਹ ਤਾਂ ਵੇਟਿੰਗ। ਮੈਂ ਕਿਹਾ ਪਲੀਜ਼। ਸਾਗਰ ਵਾਰਡ ਤੋਂ ਬਾਹਰ ਆ ਗਿਆ, ਉਹਦੀ ਕੋਈ ਪੁੱਛ ਨਹੀਂ, ਉਹਦਾ ਹਰਾਸ ਟੁੱਟ ਗਿਆ। ਕਾਲੇ ਕਦਮੀ ਉਹ ਵੇਟਿੰਗ ਹਾਲ 'ਚ ਆਇਆ। ਮਧੂ ਨੋਰਮਲ ਹੈ, ਪੁੱਛਿਆ, ਕੀ ਬਣਿਆ? ਕੁਛ ਨਹੀਂ, ਕੁਛ ਵੀ ਨਹੀਂ। ਹੁਣ ਫਿਰ ਚੱਲੀਏ? ਫਿਰ ਇੱਥੇ ਕੋਈ ਸਰਾਂ ਦੱਸਦੇ ਨੇ, ਉੱਥੇ ਰਾਤ ਕੱਟਦੇ ਹਾਂ। ਕੱਲ੍ਹ ਨੂੰ ਤਾਂ ਐਤਵਾਰ ਹੈ, ਪਰਸੋਂ ਦੇਖਣਗੇ। ਐਤਵਾਰ? ਹਾਏ, ਕਿਵੇਂ ਨਿਕਲਣਗੀਆਂ ਦੋ ਰਾਤਾਂ? ਉਹਦੀ ਹਾਲਤ ਫਿਰ ਵਿਗੜਨ ਲੱਗੀ ਹੈ। ਟਰਾਲੀ 'ਤੇ ਪਵਾ ਕੇ ਉਹ ਮਧੂ ਨੂੰ ਬਾਹਰ ਲਿਜਾ ਰਿਹਾ। ਜਾਂਦੇ ਜਾਂਦੇ ਵਾਰਡ ਦੇ ਮੇਨ ਗੇਟ ਕੋਲ ਡਿਊਟੀ 'ਤੇ ਬੈਠੇ ਕਲਰਕ ਤੋਂ ਸਾਗਰ ਨੇ ਪੁੱਛਿਆ, ਕਿਉਂ ਜੀ, ਕੱਲ੍ਹ ਨੂੰ ਨਹੀਂ ਕੁਛ ਹੋ ਸਕਦਾ? ਹੋਣਾ ਹੁੰਦਾ ਤਾਂ ਭਾਈ ਸਾਹਿਬ ਅੱਜ ਹੀ ਹੋ ਜਾਂਦਾ, ਹੁਣ ਕੋਈ ਰਾਹ?
ਇੱਕੋ ਰਾਹ ਹੈ ਬਸ ਸਿਫਾਰਿਸ਼। ਹਾਂ ਜੋਗੀ, ਸਿਫਾਰਿਸ਼ ਤਾਂ ਹੈ। ਆਹ ਤੁਹਾਡੇ ਸਾਹਮਣੇ ਹੁਣੇ ਮਰੀਜ਼ ਦਾਖਲ ਹੋਇਆ, ਪੈਰ 'ਤੇ ਸਧਾਰਨ ਚੋਟ ਆਈ ਹੈ। ਇਹਨੂੰ ਤਾਂ ਕੋਈ ਵੀ ਡਾਕਟਰ ਲੈ ਸਕਦਾ ਸੀ, ਐਮਰਜੈਂਸੀ ਵਾਲਾ ਤਾਂ ਕੇਸ ਨਹੀਂ ਹੈ। ਨਹੀਂ ਹੈ ਫਿਰ ਪਤਾ ਕਿਹਦਾ ਮੁੰਡਾ ਹੈ? ਕਿਹਦਾ? ਕਲਰਕ ਪ੍ਰਾਂਤ ਦੇ ਇੱਕ ਵੱਡੇ ਪੁਲਿਸ ਅਫਸਰ ਦਾ ਨਾਂ ਲੈਂਦਾ, ਕਹਿੰਦਾ ਡੰਡਾ ਕੰਮ ਕਰਦਾ ਭਾਈ ਸਾਹਿਬ, ਸਿਫਾਰਿਸ਼ ਦਾ ਡੰਡਾ। ਧੰਨਵਾਦ, ਚੱਲਦਾ।